ਸਤਿ ਸ਼੍ਰੀ ਅਕਾਲ ਜੀ, ਲੱਕੀ ਸਿਲਾਈ ਮਸ਼ੀਨ ਮਾਨਸਾ A4 ਮਸ਼ੀਨ ਹੈਗੀ ਜੈਕ ਦੀ। ਆਪਾਂ ਅੱਜ ਇਹਦੀ ਪੂਰੀ ਦੀ ਪੂਰੀ ਡਿਟੇਲ ਲੈਣੀ ਹੈ ਕਿ ਨਾਲ ਤੁਹਾਨੂੰ ਦੱਸ ਦੇਵੇ ਇਹਨਾਂ ਕੀ ਕਰਨਾ ਕੀ ਨਹੀਂ ਕਰਨਾ। ਸਭ ਤੋਂ ਪਹਿਲਾਂ ਆ ਜਾਓ ਆਹ 3 ਬਟਨਾਂ ਦੇ ਉੱਤੇ, ਇਹ ਕੀ ਚੀਜ਼ ਹੈ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਦੇ ਹਾਂ। ਜਿਹੜੀ ਵੀ ਆਪਾਂ ਸਿਲਾਈ ਕਰਨੀ ਹੁੰਦੀ ਹੈ, ਜਿੰਨਾ ਆਪਾਂ ਸਟੈਪ ਰੱਖ ਲੈਂਦੇ ਹਾਂ ਉਨੀ ਸਿਲਾਈ ਕਰਦੀ ਹੈ ਇਹ ਮਸ਼ੀਨ। ਇਹਦਾ ਹੁਣ ਟਾਂਕਾ ਹੈਗਾ, ਜਿੰਨੇ MM ਦਾ ਆਪਾਂ ਨੇ ਕਰ ਲਿਆ ਉਨਾ ਟਾਂਕਾ ਆ ਗਿਆ। ਜਿਹੜੀ ਇਹਤੋਂ ਘੜੀ ਹੁੰਦੀ ਹੈ ਆਪਣੀ ਆਹ ਜਗ੍ਹਾ 'ਤੇ ਘੜੀ ਲੱਗੀ ਹੁੰਦੀ ਹੈ, ਉਹ ਇਹਦੇ ਹੈ ਨਹੀਂ, ਇਹਦੇ ਟਾਂਕੇ ਇੱਥੋਂ ਸੈੱਟ ਹੁੰਦੇ ਨੇ। ਇਹਦਾ ਹੁਣ ਜਿੰਨਾ ਟਾਂਕਾ ਆਪਾਂ ਨੇ ਕੀਤਾ ਪਿਆ ਉਨਾ ਹੀ ਜਾਂਦਾ। ਜਦੋਂ ਕੋਈ ਆਪਾਂ ਨੇ ਟਾਂਕਾ ਲਾਉਂਦੇ ਲਾਉਂਦੇ ਕਿਸੇ ਚੀਜ਼ 'ਤੇ ਪੱਕਾ ਵਗੈਰਾ ਕਰਨਾ, ਉੱਥੇ ਪੱਕਾ ਕਰਨ ਦੀ ਲੋੜ ਨਹੀਂ ਹੈ, 1/2 ਲਿਖਿਆ ਹੋਇਆ। ਜਦੋਂ ਮਸ਼ੀਨ ਚੱਲਦੀ ਚੱਲਦੀ ਆਪਾਂ 1/2 ਦੱਬਾਂਗੇ ਤਾਂ ਇਹਦੀ ਸਪੀਡ ਸਲੋਅ ਹੋ ਜੂਗੀ। ਜਿਵੇਂ ਹੁਣ ਤੁਹਾਨੂੰ ਦਿਖਾਉਂਦੇ ਵੀ ਆਹ ਦੇਖੋ, ਟਾਂਕਾ ਪਹਿਲਾਂ ਇੱਥੇ ਵੱਡਾ ਚੱਲ ਰਿਹਾ ਸੀਗਾ, ਚੱਲਦਾ ਚੱਲਦਾ ਆਪਾਂ ਨੇ 1/2 ਦੱਬਿਆ ਤਾਂ ਸਿਲਾਈ ਇਹਦੀ ਬਰੀਕ ਹੋ। ਕੋਈ ਵੀ ਪੱਕਾ ਕਰਨਾ ਹੁੰਦਾ ਪੱਕਾ ਕਰਨ ਵੇਲੇ ਕਰ ਲਓ, ਵੈਸੇ ਪੱਕੇ ਵਾਲਾ ਸਿਸਟਮ ਵੀ ਹੈ, ਕੋਈ ਸਿਲਾਈ ਪੱਕੀ ਕਰਨੀ ਹੈ ਉੱਥੇ ਬਰੀਕ ਕਰਕੇ ਚਲਾ ਸਕਦੇ। ਇਹ 1/2 ਤੋਂ ਹੁੰਦੀ ਹੈ, ਜੋ ਆਪਾਂ ਦੱਬ ਕੇ ਚਲਾਵਾਂਗੇ ਮਸ਼ੀਨ ਤਾਂ ਬਰੀਕ ਸਿਲਾਈ ਕਰਨ ਲੱਗ ਪਈ। ਜਿੰਨਾ ਵੀ ਟਾਂਕਾ ਇਹ 2 ਹੋ ਜਾਊ, ਠੀਕ ਹੈ ਜੀ। ਇਹ 2 ਤੇ ਦੂਸਰਾ ਬਟਨ ਹੈ, ਇਸ ਬਟਨ ਤੋਂ ਹਾਫ ਰਾਊਂਡ ਲੈਂਦੀ ਹੈ, ਇੱਕ ਵਾਰੀ ਸੂਈ ਨੀਚੇ ਆਉਂਦੀ ਹੈ, ਇੱਕ ਵਾਰੀ ਉੱਪਰ ਜਾਂਦੀ ਹੈ। ਕਈ ਵਾਰੀ ਆਪਾਂ ਨੇ ਕੋਈ ਸਿਲਾਈ ਮਾਰੀ ਹੁੰਦੀ ਹੈ ਉੱਥੇ ਇੱਕ ਅੱਧੀ ਸਿਲਾਈ ਰਹਿ ਜਾਂਦੀ ਹੈ ਟਾਂਕਾ ਲਾਉਣ ਵਾਲਾ, ਜੇ ਪੈਰ ਦੱਬਦਾ ਮਸ਼ੀਨ ਜ਼ਿਆਦਾ ਅੱਗੇ ਵਗ ਜਾਂਦੀ ਹੈ। ਉਸ ਲਈ ਇਹ ਬਟਨ ਦਿੱਤਾ ਪਿਆ, ਇਸ ਨਾਲ 1-1 ਸਟੈਪ ਅੱਗੇ ਜਾਂਦੀ ਹੈ, 1-1 ਸਟੈਪ ਹੌਲੀ ਹੁੰਦੀ ਹੈ, ਜੇ ਦੱਬੇ ਰੱਖਾਂਗੇ ਆਪਾਂ ਤਾਂ 1-2 ਸਟੈਪ ਜ਼ਿਆਦਾ ਚੱਲਦੀ ਹੈ, ਠੀਕ ਹੈ ਜੀ। ਹੁਣ ਆ ਜਾਓ 3 ਬਟਨ ਤੇ, ਆਹ 3 ਬਟਨ ਆ ਗਿਆ। ਇਹਦਾ 3 ਬਟਨ ਹੈਗਾ, ਇਹ ਚੱਲਦੀ ਮਸ਼ੀਨ ਦੇ ਉੱਤੇ ਜਦੋਂ ਆਪਾਂ ਦੱਬਾਂਗੇ ਚੱਲਦੀ ਚੱਲਦੀ ਸਿਲਾਈ ਪੱਕੀ ਕਰ ਦਿੰਦੀ ਹੈ। ਜਿਹੜੀ ਆਪਾਂ ਇੱਥੋਂ ਹੈਂਡਲ ਬੈਕ ਕਰਦੇ ਹੁੰਦੇ ਇੱਧਰ ਸਾਈਡ ਤੋਂ ਹੁੰਦਾ ਆਪਣੇ ਘੜੀ ਕੋਲੇ, ਇਹਦੇ ਬੈਕ ਦੀ ਲੋੜ ਨਹੀਂ ਹੈਗੀ, ਇੱਥੇ ਲੱਗਿਆ ਹੋਇਆ। ਜਦੋਂ ਆਪਾਂ ਮਸ਼ੀਨ ਚਲਾ ਰਹੇ ਹਾਂ ਇਹ ਬਟਨ ਦੱਬਾਂਗੇ ਤਾਂ ਮਸ਼ੀਨ ਆਟੋਮੈਟਿਕ ਬੈਕ ਚੱਲਦੀ ਹੈ, ਜਿੰਨੀ ਕਿ ਆਪਣੇ ਬੈਕ ਕਰਨੀ ਹੈ ਉਨੀ ਕੁ ਕਰ ਸਕਦੀ। ਇਹ ਪਹਿਲੇ 3 ਬਟਨਾਂ ਦਾ ਇਹ ਕੰਮ ਹੈ, ਇਹ ਸਿਲਾਈ ਬ੍ਰੇਕ ਕਰਦਾ, ਇਹ 1-1 ਸਟੈਪ ਚਲਾਉਂਦਾ, ਹਾਫ ਸਟੈਪ ਵੀ ਚੱਲਦਾ, ਇਸ ਤੋਂ ਮਸ਼ੀਨ ਅੱਗੇ ਪਿੱਛੇ ਕਰਦੀ, ਠੀਕ ਹੈ ਜੀ। ਸਮਝ ਆ ਗਈ ਹੁਣ ਤੁਹਾਨੂੰ। ਹੁਣ ਆਪਾਂ ਚੱਲਾਂਗੇ ਇੱਧਰਲੇ ਬਟਨਾਂ ਦੇ ਉੱਤੇ, ਇੱਕ ਵਾਰੀ ਹਾਂਜੀ। ਹੁਣ ਆ ਜਾਓ ਆਪਣੇ ਆ ਪਹਿਲੇ ਬਟਨ ਦੇ ਉੱਤੇ। ਪਹਿਲਾ ਬਟਨ ਕੀ ਚੀਜ਼ ਹੈ, ਇਹਦੀ ਜਿਹੜੀ ਸਿਲਾਈ ਆਪਾਂ ਘੜੀ ਤੋਂ ਵੱਡੀ ਛੋਟੀ ਕਰ ਦਿੰਦੇ ਹਾਂ, ਇਹਦੀ ਘੜੀ ਨਹੀਂ ਹੈਗੀ, ਇੱਥੋਂ ਵੱਡੀ ਛੋਟੀ ਹੋਊਗੀ। ਹੁਣ ਇੱਥੇ ਦੇਖੋ ਸਕਰੀਨ 'ਤੇ ਕਰੋ ਨਿਗਾ, ਆ ਜਿਹੜੇ ਉਰਲੇ ਪਾਸੇ ਨੇ ਇਹਦੇ ਸਟਿੱਚ ਛੋਟੇ ਹੋਈ ਜਾਂਦੇ ਆ, ਜਿੰਨੇ ਆਪਾਂ ਨੇ ਬਰੀਕ ਕਰਤਾ। ਹੁਣ ਇੱਥੇ ਚੈੱਕ ਕਰੋ, ਇਹ ਸਿਲਾਈ ਬਰੀਕ ਹੋ ਗਈ ਇਹਦੀ, ਐਂ ਲਾ ਲਓ ਵੀ ਜਮਾਂ ਬਿਲਕੁਲ ਬਰੀਕ ਸਿਲਾਈ ਹੋ ਗਈ ਇਸਦੀ। ਹੁਣ ਇਹਨੂੰ ਆਪਾਂ ਪਲੱਸ ਕਰਦੇ ਹਾਂ, ਅਤੇ ਪਲੱਸ ਆ ਗਿਆ ਬਟਨ ਉਰਲੇ ਪਾਸੇ, ਪਲੱਸ ਕਰਾਂਗੇ, ਪਲੱਸ 'ਤੇ ਲੈ ਜਾਓ, ਇਹ ਜਾਂਦੀ ਹੈ ਆਪਣੀ 5 ਪੁਆਇੰਟ ਤੱਕ। ਜਿਵੇਂ ਹੁਣ ਚਲਾਵਾਂਗੇ ਤਾਂ ਇਹ ਸਿਲਾਈ ਜਿਵੇਂ ਪੱਕਾ ਆਪਣੇ ਕੱਚੀ ਸਿਲਾਈ ਮਾਰਨੀ ਹੁੰਦੀ, ਐਡਾ ਵੱਡਾ ਟਾਂਕਾ ਹੋ ਚੁੱਕਿਆ ਇਸਦਾ। ਆ ਦੇਖੋ ਜੀ, ਇਹ ਐਡਾ ਵੱਡਾ ਟਾਂਕਾ ਹੋ ਗਿਆ। ਇਹ ਸਿਲਾਈ ਛੋਟੀ ਵੱਡੀ ਕਰਨ ਵਾਸਤੇ ਸਭ ਤੋਂ ਪਹਿਲਾਂ ਬਟਨ ਦਿੱਤਾ ਹੋਇਆ ਆਪਣਾ ਇਸ ਜਗ੍ਹਾ ਦੇ ਉੱਤੇ, ਇਸ ਤੋਂ ਸਿਲਾਈ ਆਪਣੀ ਛੋਟੀ ਵੱਡੀ ਹੁੰਦੀ। ਇਸ ਤੋਂ ਬਾਅਦ ਇਹਦੇ ਨਾਲ ਵਾਲਾ ਦੂਜਾ ਬਟਨ, ਇਸ ਬਟਨ ਨੂੰ ਦੱਬਾਂਗੇ। ਹੁਣ ਹਰ ਵਾਰੀ ਸੂਈ ਨੀਚੇ ਖੜਦੀ ਹੈ, ਚਲਾ ਕੇ ਦਿਖਾਓ ਜੀ, ਆਹ ਹੁਣ ਸੂਈ ਜਦੋਂ ਵੀ ਖੜਾਵਾਂਗੇ ਹਰ ਵਾਰੀ ਨੀਚੇ ਖੜਦੀ ਹੈ। ਜਦੋਂ ਇਹ ਪ੍ਰੈਸ ਨੂੰ ਇਹਨੂੰ ਦੁਬਾਰਾ ਬਟਨ ਦੱਬਾਂਗੇ, ਹੁਣ ਇਹ ਸੂਈ ਸੈਕਿੰਡ ਸੈਂਡ ਚਲੇ ਗਈ ਦੂਜੇ ਪਾਸੇ, ਹੁਣ ਜੋ ਚਲਾਵਾਂਗੇ ਸੂਈ ਹਰ ਵਾਰ ਉੱਪਰ ਖੜੂਗੀ, ਦੇਖੋ ਹਰ ਵਾਰ ਸੂਈ ਉੱਪਰ ਖੜਦੀ ਹੈ। ਇਹ ਆ ਗਿਆ ਆਪਣੇ ਦੂਜੇ ਬਟਨ, ਜਦੋਂ ਇਹਨੂੰ ਇਹਦੇ ਵਿਚਾਲੇ ਲਾਈਨ ਲਗਾਈ ਹੈ, ਇਸਨੂੰ ਲੌਂਗ ਪ੍ਰੈਸ ਕਰਾਂਗੇ ਤਾਂ ਇਹਦਾ ਪੈਰਲ ਸਿਸਟਮ ਚੱਲੂਗਾ। ਹੁਣ ਇਹ ਲੌਂਗ ਪ੍ਰੈਸ ਕਰਦੇ ਹਾਂ ਆਪਾਂ, ਇੱਥੋਂ ਪੈਰ ਖਤਮ ਹੋ ਗਿਆ, ਜਦੋਂ ਆਪਾਂ ਇਹਨੂੰ ਚਲਾ ਕੇ ਹਟਾਂਗੇ ਮਸ਼ੀਨ ਨੂੰ ਤਾਂ ਇਹਦਾ ਪੈਰ ਆਪਣੇ ਆਪ ਉੱਪਰ ਨਹੀਂ ਖੜਾ ਹੁੰਦਾ। ਧੱਗ ਕੱਟੋ ਜੀ ਮਸ਼ੀਨ ਦਾ,
ਆਹ ਤਾਂ ਕੱਟਿਆ ਗਿਆ, ਪੈਰਾਂ 'ਚ ਚੱਕਿਆ ਨਹੀਂ ਗਿਆ, ਪੈਰ ਆਪਾਂ ਨੂੰ ਮੈਨੂਅਲ ਚੱਕਣਾ ਪਊਗਾ। ਪਰ ਜਦੋਂ ਆਪਾਂ ਨੂੰ ਫੰਕਸ਼ਨ ਦਿੱਤਾ ਤਾਂ ਆਪਾਂ ਇਸਨੂੰ ਔਨ ਹੀ ਰੱਖਣਾ, ਇਸ ਬਟਨ ਨੂੰ ਦੋ ਨੰਬਰ ਵੱਲ ਨੂੰ, ਇਸ ਨੂੰ ਲੌਂਗ ਪ੍ਰੈਸ ਕਰਕੇ ਰੱਖੋ ਤਾਂ ਪੈਰ ਇੱਥੇ ਨਿਸ਼ਾਨੀ ਹੈਗੀ, ਜਦੋਂ ਵੀ ਆਪਾਂ ਸਿਲਾਈ ਮਾਰ ਕੇ ਹਟਾਂਗੇ ਤਾਂ ਆਪਣਾ ਪੈਰ ਉੱਪਰ ਚੱਕਿਆ ਜਾਇਆ ਕਰੂਗਾ। ਆਹ ਦੇਖੋ ਜੀ ਪੈਰ ਚੱਕਿਆ ਗਿਆ ਕੱਪੜਾ ਪਾ, ਠੀਕ ਹੈ ਜੀ। ਇਹ ਹੋ ਗਏ ਆਪਣੇ ਪਹਿਲੇ ਦੋ ਬਟਨ, ਹੁਣ ਆ ਜਾਓ ਆਪਣੇ ਤੀਸਰੇ ਬਟਨ ਦੇ ਉੱਤੇ। ਜਿਹੜਾ ਤੀਸਰਾ ਬਟਨ ਹੈਗਾ ਇਹ ਹੈਗਾ ਪੈਰ ਦੀ, ਕਿੰਨਾ ਆਪਾਂ ਨੇ ਉੱਪਰ ਚੱਕਣਾ ਕਿੰਨਾ ਨਹੀਂ ਚੱਕਣਾ। ਹੁਣ ਆ ਜਾਓ ਪਹਿਲਾਂ ਫੁੱਲ 'ਤੇ ਲੈ ਕੇ ਚੱਲਦੇ, 13 ਪੁਆਇੰਟ 'ਤੇ ਫੁੱਲ ਹੁੰਦਾ, ਹਾਫ ਕਲੱਚ ਦਬੋ ਜੀ ਇਹਦਾ, ਹਾਫ ਕਲੱਚ ਦੇ ਉੱਤੇ ਐਂ ਲੈ ਲਓ ਵੀ ਉਂਗਲ ਨਾਲੋਂ ਜ਼ਿਆਦਾ ਉੱਪਰ ਪੈਰ ਚੱਕਿਆ ਜਾਂਦਾ ਇਹਦਾ, ਵੀ ਆਪਣੀ ਸਭ ਤੋਂ ਉਂਗਲ ਅੰਦਰ ਜਾਂਦੀ ਹੈ, ਇੰਨਾ ਪੈਰ ਚੱਕਿਆ ਜਾਂਦਾ। ਡਾਊਨ ਕਰੋ ਜੀ, ਹੁਣ ਇਸ ਨੂੰ ਲੈ ਕੇ ਉਹ ਮਾਈਨਸ ਦੇ ਉੱਤੇ, ਜਿਹੜਾ ਤੀਜਾ ਬਟਨ ਹੈ ਵਿਚਾਰੇ ਵਾਲਾ, ਇਸ ਤੋਂ ਮਾਈਨਸ ਕਰਾਂਗੇ, 13 ਪੁਆਇੰਟ ਤੋਂ ਘੱਟ ਕਰ ਲਓ। ਹੁਣ 7 ਪੁਆਇੰਟ 'ਤੇ ਆ ਗਿਆ, ਪੀ ਦੱਬੋ ਸੇਵ ਹੋ ਗਿਆ, ਚਲਾਓ ਜੀ। ਹੁਣ ਪੈਰ ਚੱਕੋ ਹਾਫ ਰਾਊਂਡ 'ਤੇ, ਇਹ ਹਾਫ ਚੱਕਿਆ ਜਾਂਦਾ ਵੀ ਆਪਣੀ ਉਂਗਲ ਪੈਂਦੀ ਨਹੀਂ ਇੰਨਾ ਰਾਊਂਡ, ਠੀਕ ਹੈ ਜੀ। ਹੁਣ ਹੋਰ ਪੈਰ ਘੱਟ ਕਰਨਾ ਹੁੰਦਾ ਆਪਣਾ, ਹੋਰ ਵੀ ਘੱਟ ਹੋ ਜੂਗਾ, ਜਿੰਨਾ ਮਰਜ਼ੀ ਆਪਾਂ ਘੱਟ ਕਰ ਲਈਏ, ਜਿੰਨਾ ਆਪਾਂ ਕਰ ਲਾਂਗੇ ਉਨਾ ਸੇਵ। ਹੁਣ ਚੱਕੋ ਜੀ ਪੈਰ, ਸਿਰਫ ਇੰਨਾ ਕੀ ਚੱਕਿਆ ਜਾਂਦਾ, ਜ਼ਿਆਦਾ ਨਹੀਂ ਚੱਕਿਆ ਜਾਂਦਾ, ਪਰ ਆਪਾਂ ਨੂੰ ਇੰਨਾ ਨਹੀਂ, ਆਪਾਂ ਚਾਹੀਦਾ 7-8 ਨੰਬਰ 'ਤੇ, ਜਿੰਨਾ ਕੁ ਨੋਰਮਲ ਹੈਗਾ 8 ਨੰਬਰ 'ਤੇ ਸੇਵ ਕਰ ਲਓ। ਹੁਣ ਚੱਕੋ ਜੀ ਪੈਰ, ਇੰਨਾ ਕੁ ਪੈਰ ਚੱਕਿਆ ਜਾਂਦਾ ਆਪਾਂ ਨੂੰ ਜਿੰਨਾ ਕੁ ਚਾਹੀਦਾ, ਠੀਕ ਹੈ ਜੀ। ਹੁਣ ਆ ਜਾਓ ਇਹਦੇ ਨਾਲ ਵਾਲੇ ਬਟਨ ਦੇ ਉੱਤੇ, ਇਹ ਬਟਨ ਤੁਹਾਨੂੰ ਹਜੇ ਨਹੀਂ, ਥੋੜ੍ਹਾ ਟਾਈਮ ਠਹਿਰ ਕੇ ਦੱਸਾਂਗੇ ਵੀ ਇਹ ਕੀ ਚੀਜ਼ ਹੈ। ਪਰ ਇਹਦੇ ਵਿਚਾਲੇ ਇੱਕ ਕੈਂਚੀ ਲੱਗੀ ਹੋਈ ਹੈ, ਕੈਂਚੀ ਦਾ ਇੱਥੇ ਬਟਨ ਆਉਂਦਾ, ਜੇ ਕੈਂਚੀ ਲੱਗੀ ਹੋਈ ਆਪਾਂ ਧਾਗਾ ਕੱਟਣਾ ਤਾਂ ਧਾਗਾ ਕੱਟਿਆ ਜਾਊਗਾ, ਜੇ ਕੈਂਚੀ ਇੱਥੋਂ ਗੈਪ ਕਰਤੀ ਧਾਗਾ ਕੱਟਣੀ ਹੈ, ਜਿਹਨੂੰ ਟੀਮਰ ਵਗੈਰਾ ਵੀ ਕਹਿੰਦਾ ਕੱਟ ਦਿੱਤਾ ਜਾਂਦਾ। ਹੁਣ ਲੌਂਗ ਪ੍ਰੈਸ ਕਰ ਲਿਆ ਆਪਾਂ ਨੇ, ਇੱਥੋਂ ਕੈਂਚੀ ਗਾਇਬ ਹੋ ਗਈ, ਹੁਣ ਸਿਲਾਈ ਕਰਾਂਗੇ, ਕੱਟ ਮਾਰੋ। ਹੁਣ ਕੱਟ ਮਾਰਤਾ, ਧਾਗਾ ਦੋਨੇ ਨਾਲ ਆ ਰਹੇ ਨੇ, ਧਾਗਾ ਕੱਟਿਆ ਨਹੀਂ ਹੈਗਾ। ਜੇ ਧਾਗਾ ਕੱਟਣਾ ਹੈਗਾ ਆਪਾਂ ਨੇ, ਇਹਦੀ ਕੈਂਚੀ ਵਾਲਾ ਬਟਨ ਪ੍ਰੈਸ ਕਰਾਂਗੇ ਆਪਾਂ, ਇੱਥੇ ਆਪਣੀ ਕੈਂਚੀ ਆ ਗਈ ਨੀਚੇ, ਹੁਣ ਪ੍ਰੈਸ ਕਰਾਂਗੇ ਆਪਾਂ, ਮਸ਼ੀਨ ਨੂੰ ਚਲਾਵਾਂਗੇ ਤਾਂ ਧਾਗਾ ਕੱਟ ਕੇ ਬਾਹਰ ਆਊਗਾ, ਧਾਗਾ ਕੱਟੇਗਾ, ਸਿਲਾਈ ਵੱਜ ਗਈ। ਦੁਬਾਰਾ ਚੈੱਕ ਕਰਾਓ ਜੀ, ਸਿਲਾਈ ਵੱਜ ਗਈ, ਧਾਗਾ ਕੱਟੇਗਾ, ਕੈਂਚੀ ਬਾਹਰ, ਚੱਕੋ ਜੀ ਪੈਰ। ਹੁਣ ਆ ਜਾਓ ਜੀ ਆਪਣੇ ਆਹ ਵਾਲੇ ਬਟਨ ਦੇ ਉੱਤੇ, ਜਿਹੜਾ ਸਟਾਰਟਿੰਗ 'ਤੇ ਚੱਲਣ ਲੱਗਾ ਪੱਕਾ ਕਰਦੀ ਹੈ, ਉਹ ਵਾਲਾ ਬਟਨ, ਇਹ ਵਾਲਾ, ਇਸ ਬਟਨ ਦੱਬਾਂਗੇ ਆਪਾਂ, ਇੱਥੇ ਉੱਪਰ ਨਿਸ਼ਾਨੀ ਆਊਗੀ, ਇਹ ਨਿਸ਼ਾਨੀ ਆ ਗਈ, ਏ ਵੀ ਲਿਖਿਆ ਵੇ ਉੱਪਰ, ਇਹ ਵਾਲਾ, ਇਹ ਹੁਣ ਚੱਲਣ ਲੱਗੀ, ਪੱਕਾ ਕਰਦੀ ਹੈ ਜਦੋਂ ਵੀ ਸਟਾਰਟਿੰਗ 'ਤੇ ਆਪਾਂ ਸਿਲਾਈ ਮਾਰਦੇ ਹਾਂ। ਆ ਦੇਖੋ ਇਹਨੇ ਇੱਕ ਵਾਰੀ ਅੱਗੇ ਜਾ ਕੇ ਪਿੱਛੇ ਚੱਲੀਏ ਨਾ, ਇੱਥੇ 3 ਸਟੈਪ ਮਾਰਤੇ, ਠੀਕ ਹੈ ਜੀ। ਇਹ ਹੈਗੀ ਹੈ ਪੱਕਾ ਕਰਨ ਵਾਸਤੇ, ਜਿਹੜਾ ਇਹਦੇ ਨਾਲ ਵਾਲਾ ਬਟਨ 2 ਨੰਬਰ ਹੈ। ਹੁਣ ਇਹ ਬਟਨ ਤੋਂ ਜਿਹੜੀ ਸਟਾਰਟਿੰਗ ਦੀ ਸਿਲਾਈ ਪੱਕੀ ਕਰਦੀ ਹੈ, ਜਿਹੜਾ ਇਹਦੇ ਨਾਲ ਵਾਲਾ ਦੂਜਾ ਹੈਗਾ ਸੀ ਡੀ ਬਟਨ, ਇਹ ਜਦੋਂ ਆਪਾਂ ਉਤਾਰਨਾ ਕੱਪੜਾ ਕੱਢਣਾ ਉਦੋਂ ਕਰਦੀ ਹੈ ਸਿਲਾਈ। ਕਰੋ ਜੀ, ਆ ਦੇਖੋ ਆਪਣਾ ਏ ਬੀ ਵੀ ਔਨ ਹੋ ਗਿਆ ਅਤੇ ਸੀ ਡੀ ਵੀ ਔਨ ਇੱਧਰਲੇ ਪਾਸੇ, ਜੇ ਇਹਨੂੰ ਡਬਲ ਪ੍ਰੈਸ ਕਰਦੇ ਹਾਂ ਤਾਂ ਇਹ ਡਬਲ ਸਿਲਾਈ ਕਰੂਗੀ, ਉੱਪਰ ਕਰਦੇ ਇੱਧਰ ਕਰਦੀ ਹੈ। ਆ ਦੇਖੋ ਸਟਾਰਟਿੰਗ 'ਤੇ ਪੱਕਾ ਹੋ ਗਿਆ, ਹੁਣ ਚਲਾਓ, ਇੱਥੇ ਕੱਟੋ, ਧਾਗਾ ਕੱਟੋ, ਧਾਗਾ ਕੱਟਣਾ, ਆਹ ਕੱਟਿਆ ਗਿਆ, ਇਹਨੇ ਸਟਾਰਟਿੰਗ 'ਤੇ ਵੀ ਕੱਟ ਦਿੱਤਾ ਅਤੇ ਅਖੀਰ 'ਤੇ ਵੀ ਪੱਕਾ ਕਰਤਾ। ਇਹ ਹੈਗਾ ਜੀ ਆਪਣੇ ਪਹਿਲੇ ਦੋ ਬਟਨਾਂ ਦਾ ਕੰਮ, ਜਿਹਨੇ ਧਾਗਾ ਪੱਕਾ ਕਰਨਾ, ਸਟਾਰਟਿੰਗ 'ਤੇ ਪੱਕਾ ਕਰਦੀ ਉਹ ਵੀ ਕਰਦੇ। ਹੁਣ ਆਪਾਂ ਨੇ ਇਹਨੂੰ ਵੀ ਬੰਦ ਕਰਤਾ, ਇਹਨੂੰ ਵੀ ਬੰਦ ਕਰਤਾ, ਹੁਣ ਸਿਲਾਈ ਮਾਰੋ। ਹੁਣ ਇੱਥੋਂ ਸਿੱਧੀ ਸਿਲਾਈ ਚੱਲੀ ਹੈ ਅਤੇ ਕੁਛ ਨਹੀਂ ਕੀਤਾ ਹੈਗਾ, ਨੋਰਮਲ ਚੱਲੀ ਹੈ। ਜਦੋਂ ਇੱਥੋਂ ਧਾਗਾ ਕੱਟਾਂਗੇ ਇੱਥੋਂ ਵੀ ਨੋਰਮਲ ਕੱਢੀ ਜੀ, ਆਹ ਧਾਗਾ ਕੱਟਿਆ ਗਿਆ, ਇੱਥੇ ਵੀ ਨੋਰਮਲ, ਇੱਥੇ ਪੱਕਾ ਨਹੀਂ, ਠੀਕ ਹੈ ਜੀ। ਹੁਣ ਇਹ ਆਪਾਂ ਆਪਣੇ ਅਕੋਰਡਿੰਗ, ਆਪਣੇ ਅਕੋਰਡਿੰਗ ਸਟੈਪ ਸੈੱਟ ਕਰਨਾ, ਵੀ ਸਟਾਰਟਿੰਗ 'ਤੇ ਪੱਕਾ ਕਰਨਾ, ਬਾਅਦ 'ਚ ਪੱਕਾ ਕਰਨਾ, ਠੀਕ ਹੈ ਜੀ। ਫਿਰ ਆ ਜਾਓ ਤੀਜੇ ਬਟਨ ਨੰਬਰ ਬਟਨ 'ਤੇ, ਇਹਨਾਂ ਨੂੰ ਔਫ ਕਰਕੇ ਤੀਜਾ ਬਟਨ ਹੈ, ਇਹ ਬਟਨ ਦਾ ਸ਼ਾਈਨ ਉੱਪਰ ਬੰਦ ਹੈ, ਇਹ ਹੁਣ ਸਾਈਡ 'ਤੇ ਚਲਾ ਗਿਆ, ਇਹ ਹੁਣ ਦੋਨੇ ਐਨ ਪੱਕੀ ਹੋ ਗਈ, ਆਹ ਉਰਲੇ ਪਾਸੇ ਆ ਜੂਗਾ,
ਇਹ ਤਿੰਨਾਂ ਪਾਸੇ ਕਰ ਲਿਆ। ਹੁਣ ਜੋ ਸਟਾਰਟਿੰਗ ਦੇ ਉੱਤੇ ਆਪਾਂ ਸਿਲਾਈ ਮਾਰਾਂਗੇ, ਮੈਂ ਤੁਹਾਨੂੰ ਦਿਖਾਉਂਦਾ ਸਿਲਾਈ ਮਾਰ ਕੇ। ਸਿਲਾਈ ਛੋਟੀ ਕਰੋ, ਰੋਕੋ ਜੀ, ਧੱਕ ਕੱਟੋ। ਹੁਣ ਜਿਵੇਂ ਆਹ ਦੇਖੋ, ਇਹਨਾਂ ਨੇ ਸਟਾਰਟਿੰਗ ਕਰੀ ਆ, ਸਟਾਰਟਿੰਗ ਦੇ ਉੱਤੇ ਪਹਿਲਾਂ ਦੋ ਟਾਂਕੇ ਛੋਟੇ ਲਾਏ ਨੇ, ਫਿਰ ਵੱਡੇ ਟਾਂਕੇ ਨੇਗੇ, ਫਿਰ ਜਿੱਥੇ ਰੁਕੀ ਹੈਗੀ ਉਸ ਜਗ੍ਹਾ 'ਤੇ ਆ ਕੇ ਨੇ ਦੋ ਛੋਟੇ ਟਾਂਕੇ ਕੀਤੇ ਆ। ਆਪਾਂ ਨੂੰ ਸਿਲਾਈ ਪੱਕੀ ਕਰਨ ਦੀ ਵੀ ਲੋੜ ਨਹੀਂ ਹੈਗੀ ਜੇ ਆਹ ਤੀਜਾ ਬਟਨ ਔਨ ਕੀਤਾ ਪਿਆ, ਇਹਦੀ ਉੱਪਰ ਇੰਨ ਬਣਦੀ। ਜੇ ਇੱਕ ਵਾਰੀ ਦੱਬਾਂਗੇ ਤਾਂ ਇੱਕ ਵਾਰੀ ਚੱਲੂਗੀ, ਦੂਜੇ ਵਾਰੀ ਹੁਣ ਉਰਲੇ ਪਾਸੇ ਹੈ, ਦੁਬਾਰਾ ਦੱਬਾਂਗੇ ਦੂਜੇ ਪਾਸੇ ਬਾਹੂ ਜਿੱਥੇ ਜਾਣੀ ਕਿ ਸਿਲਾਈ ਬੰਦ ਕਰਨੀ। ਜੇ ਇਹਨੂੰ ਪ੍ਰੋਪਰਲੀ ਦੱਬ ਕੇ ਰੱਖਾਂਗੇ ਤਾਂ ਤਿੰਨ ਵਾਰੀ ਬਣ ਜੂਗੀ, ਚੌਥੀ ਵਾਰ ਦੱਬਾਂਗੇ ਬੰਦ ਹੋ ਜੂਗੀ ਸਿਲਾਈ ਸਿੱਧੀ, ਜੇ ਨੋਰਮਲ ਚੱਲਦੀ ਹੈ ਉਨੀ ਨੋਰਮਲ ਚੱਲਦੀ। ਹੁਣ ਆਪਣੇ ਸਟਾਰਟਿੰਗ ਦੇ ਛੋਟੇ ਟਾਂਕੇ ਕਰਨੇ ਹੈ, ਅਖੀਰ ਦੇ ਛੋਟੇ ਟਾਂਕੇ ਕਰਨੇ, ਵੀ ਸਿਲਾਈ ਉਤੜੇ ਨਾ, ਇਹ ਉਸ ਵਾਸਤੇ ਹੈਗਾ। ਇਸ ਤੋਂ ਬਾਅਦ ਆ ਗਿਆ ਜੀ ਆਪਣਾ ਚੌਥਾ ਬਟਨ, ਜਿਹੜਾ ਚੌਥਾ ਬਟਨ ਹੈ ਜੀ, ਇਹ ਬਟਨ ਦਾ ਪਹਿਲਾਂ ਆਪਾਂ ਇਹਨਾਂ ਨੂੰ ਔਨ ਕਰ ਲਈਏ। ਹੁਣ ਆ ਚੌਥਾ ਬਟਨ ਹੈ ਜੀ, ਇਹਨੂੰ ਦੱਬ ਲਿਆ, ਇਹਦੇ ਨਾਲ ਆਪਣਾ ਫੰਕਸ਼ਨ ਖੁੱਲਦੇ ਆ। ਇਹ 'ਚ 9 ਪੁਆਇੰਟ ਨੇ ਪਹਿਲੇ ਨੰਬਰ ਦੇ, ਜਿਹੜੇ ਇਹਨੂੰ ਲੈ ਕੇ ਉਹ 9 ਨੰਬਰ 'ਤੇ ਟਿਪ ਟਿਪ ਕਰਨ ਲੱਗ ਗਿਆ। ਇਸ ਤੋਂ ਬਾਅਦ ਇਹ ਚਾਲਾਂ ਘੱਟਦੀਆਂ ਨੇ, ਜਿੰਨੀ ਮਰਜ਼ੀ ਘਟਾ ਲਓ। ਇਹ ਹੁਣ ਪਹਿਲਾ ਸਟੈਪ ਆ ਗਿਆ, ਇਹਨੂੰ ਓਕੇ ਕਰਕੇ ਸਾਈਡ 'ਤੇ ਲੈ ਜਾਓ। ਇੱਥੇ ਵੀ ਇੱਕ ਹੈ, ਦੋ ਵੀ ਕਰ ਸਕਦੇ, ਤਿੰਨ ਵੀ ਕਰ ਸਕਦੇ, ਜਿੰਨੀ ਆਪਾਂ ਨੂੰ ਚਾਲ ਚਾਹੀਦੀ ਉਨੀ ਕਰ ਸਕਦੇ ਹਾਂ। ਇਹਨੂੰ ਕਰ ਲਿਆ, ਹੁਣ ਇਹ ਆਪਣੀ ਸਿਲਾਈ ਡਬਲ ਸਟੈਪ ਕਰਕੇ ਚੱਲੂ। ਚਲਾਓ ਜੀ, ਰੋਕ ਲਓ, ਪੈਰ ਚੱਕੋ। ਹੁਣ ਆ ਸੀਗਾ ਜੀ, ਹੁਣ ਇੱਥੇ 1x1 ਕੀਤਾ ਹੋਇਆ ਆਪਣੇ, ਇੱਥੇ ਇੱਕ ਸਿਲਾਈ ਹੈ, ਇੱਥੇ 2 ਪੁਆਇੰਟ ਹੋ ਗਏ। ਉਸੇ ਤਰ੍ਹਾਂ ਹੀ ਇਹਨੇ ਸਿਲਾਈ ਮਾਰਨੀ ਹੈ, ਦੋ ਵਾਰੀ ਪੱਕਾ ਕਰਕੇ ਅੱਗੇ ਪਿੱਛੇ ਹੋ ਕੇ ਚੱਲਦੀ ਹੈ। ਜਿੰਨੀਆਂ ਵੀ ਸਿਲਾਈਆਂ ਮਾਰਨੀਆਂ ਨੇ ਇਹ ਉਸ ਤਰ੍ਹਾਂ ਚੱਲਦੀ ਹੈ। ਹੁਣ ਜਦੋਂ ਦੁਬਾਰਾ ਆਪਾਂ ਇਸ 'ਤੇ ਆਉਂਦੇ ਹੈਗੇ, ਇਸ ਨੂੰ ਲੈ ਕੇ ਉਹ ਸਾਈਡ 'ਤੇ, ਆ ਹੁਣ ਇੱਕ ਨੰਬਰ ਟਿਪ ਟਿਪ ਕਰਨ ਲੱਗ ਗਿਆ, ਇਸ ਨੂੰ ਸਿਲਾਈ ਨੂੰ ਚੇਂਜ ਕਰ ਲਓ, 2 'ਤੇ ਹੋ ਗਿਆ। ਇਹਦੀ ਸਿਲਾਈ 6 ਟਾਂਕੇ ਮਾਰਦੀ ਹੈ, ਹੋ ਗਿਆ ਜੀ। ਇਹਨੂੰ ਪੀ ਤੋਂ ਸੇਵ ਕਰੋ, ਫਿਰ ਸਿਲਾਈ ਚਲਾਉਂਦੇ ਆਪਾਂ। ਚਲੋ ਜੀ, ਪੈਰ ਚੱਕੋ। ਹੁਣ ਇਹ ਚੀਜ਼ ਆ ਗਈ, ਇਹਦੇ ਵਿੱਚ ਦੇਖੋ, ਇੱਥੇ ਪਹਿਲਾਂ 3 ਨੰਬਰ ਲਿਖਿਆ ਗਾ, ਫਿਰ 6 ਲਿਖਿਆ ਪਿਆ। ਹੁਣ ਜਿਹੜੀ ਇੱਥੇ 3 ਟਾਂਕੇ ਨੇਗੇ, ਇਹ ਤਾਂ ਇੱਥੇ 3 ਪੱਕੇ ਕਰਦੀ ਹੈ, 3 ਤੋਂ ਬਾਅਦ ਜਿਹੜੇ 6 ਟਾਂਕੇ ਨੇਗੇ ਇਹ ਸਿੰਪਲ ਮਾਰਦੀ ਹੈ। 6 ਟਾਂਕੇ ਮਾਰਨ ਤੋਂ ਬਾਅਦ ਸਿੰਪਲ ਸਿਲਾਈ ਹੁੰਦੀ ਹੈ, 3 ਸਟੈਪ ਚੱਲਦੇ ਨੇ। ਉਸੇ ਤਰ੍ਹਾਂ ਹੀ ਪਿਛਲੇ ਟਾਂਕੇ ਜਿੰਨੇ ਆਪਣੇ ਘਟਾਉਣੇ ਘਟਾ ਲਾਂਗੇ, ਜੇ ਘੱਟ ਕਰਨੇ ਤਾਂ ਇਹ ਘੱਟ ਚੱਲੂਗੀ, ਵੀ ਫਿਰ ਇੱਕ ਵਾਰੀ ਪੱਕਾ ਕਰੂਗੀ, 6 ਵਾਰੀ ਕੱਚੀ ਸਿਲਾਈ ਮਾਰਦੀ ਹੈ, ਫਿਰ ਇੱਕ ਵਾਰੀ ਪੱਕਾ ਕਰਦੀ ਹੈ, ਫਿਰ 6 ਵਾਰੀ ਪੱਕੀ ਸਿਲਾਈ ਮਾਰਦੀ ਹੈ। ਇਹਨੂੰ 4 ਕਰ ਦਾਂਗੇ, 4 ਵਾਰੀ ਕੱਚੀ ਸਿਲਾਈ ਮਾਰੂਗੀ, ਫਿਰ ਪੱਕਾ ਕਰੂਗੀ। ਇਹ ਸਿਸਟਮ ਹੈ ਇਸ ਬਟਨ ਤੋਂ। ਇਸ ਤੋਂ ਬਾਅਦ ਆ ਜਾਓ ਆਪਣੇ ਅਗਲੇ ਬਟਨ ਦੇ ਉੱਤੇ, ਇਹ ਸਿਸਟਮ ਆ ਗਿਆ ਆਪਣੇ। ਜਿਵੇਂ ਕੋਈ ਜੇਬ ਵਗੈਰਾ ਲਾਉਣੀ ਹੁੰਦੀ ਹੈ, ਉਹਨਾਂ ਚੀਜ਼ 'ਚ ਆ ਜਾਂਦੀ, ਜਿਹੜੀ ਆਹ ਚਾਲ ਹੈਗੀ ਇਹ ਘੱਟਦੀ ਹੁੰਦੀ ਹੈ ਇਸ ਤੋਂ, ਜਿੰਨਾ ਕੁ ਆਪਾਂ ਨੇ ਟਾਂਕੇ ਦਾ ਸਾਈਜ਼ ਰੱਖਣਾ ਹੈਗਾ ਉਹ ਚੀਜ਼ ਆ ਜੂਗੀ। ਇੱਥੋਂ ਜਿਹੜੀਆਂ ਚਾਲਾਂ ਆਪਾਂ ਨੇ ਉਹ ਕਰਨੀ ਹੈਗੀ ਜੇ ਦੀ ਸਿਲਾਈ, ਇਹਨੂੰ ਲੌਂਗ ਪ੍ਰੈਸ ਕਰਾਂਗੇ ਤਾਂ ਇੱਥੇ ਇੱਕ ਐਨ ਦਾ ਆਈਕਨ ਆ ਗਿਆ, ਇਹ ਚੋਰਸ ਸਟਿੱਕਰ ਟਾਈਪ ਆ ਗਈ, ਚਾਹੀਦੀ ਆਪਾਂ ਜੇਬ ਲਾ ਲਓ, ਸ਼ਰਟ ਵਾਲੀ ਚਾਹੀਦੀ, ਕੋਈ ਲੋਗੋ ਵਗੈਰਾ ਲਾ ਲਓ, ਕੁਛ ਵੀ ਚੀਜ਼ ਕਰਦੇ ਹਾਂ, ਇਹ ਉਸ ਚੀਜ਼ ਤੋਂ ਡਬਲ ਪ੍ਰੈਸ ਕਰਨ ਤੋਂ ਬਾਅਦ। ਹੁਣ ਇਹਦੀ ਪਹਿਲੀ ਪੋਜੀਸ਼ਨ ਦੇ ਉੱਤੇ 0 ਟਾਂਕਾ ਹੈਗਾ, ਇਹਨੂੰ ਆਪਾਂ ਟਾਂਕੇ ਵਧਾ ਲਓ, ਆ ਗਿਆ, ਸੋਰੀ 1 ਨੰਬਰ ਦੀ ਲਾਈਨ ਆ ਗਈ, 1 ਨੰਬਰ ਦੀ ਲਾਈਨ ਤੋਂ ਬਾਅਦ ਦੂਜੇ ਪਾਸੇ ਆ ਜਾਓ। ਇਹ 'ਚ ਆਪਣੇ ਕਿੰਨੀਆਂ ਸਿਲਾਈਆਂ ਮਾਰਨੀਆਂ, 4 ਟਾਂਕੇ ਲਾਉਣੇ, 6 ਟਾਂਕੇ ਲਾਉਣੇ, ਸੂਈ ਕਿੰਨੀ ਵਾਰੀ ਚੱਲਣੀ ਚਾਹੀਦੀ ਹੈ, ਉਸ ਤਰ੍ਹਾਂ ਆ ਗਿਆ। ਫਿਰ ਇਹਦੀ ਬੈਕ ਆ ਕੇ ਆਪਾਂ ਉਰਲੇ ਪਾਸੇ, ਫਿਰ ਦੂਜਾ ਟਾਂਕਾ ਲੈ ਲਓ, 2 ਨੰਬਰ ਸਿਲਾਈ 'ਚ ਆ ਜੂਗਾ, ਫਿਰ 3 ਨੰਬਰ ਸਿਲਾਈ 'ਚ ਆ ਜੂਗਾ, ਇਸ ਤਰ੍ਹਾਂ ਟਾਂਕੇ ਇਹ ਸੈੱਟ ਹੁੰਦੇ ਨੇ, ਉਹ ਆਪਣੇ ਸਟਿੱਕ ਲਾਉਣ ਵਾਸਤੇ ਹੁੰਦੇ ਚਾਰ ਦੇ ਚਾਰੇ। ਇਸ ਤੋਂ ਬਾਅਦ ਆ ਗਿਆ ਜੀ ਆਪਣਾ ਅਗਲਾ ਬਟਨ, ਇਹਨੂੰ ਓਕੇ ਕਰਕੇ ਸਿਲਾਈ 'ਤੇ ਆ ਗਿਆ ਆਪਾਂ ਨੋਰਮਲ 'ਤੇ। ਫਿਰ ਆ ਗਿਆ ਜੀ ਆਹ ਵਾਲਾ ਬਟਨ, ਜਦੋਂ ਇਹ ਵਾਲਾ ਬਟਨ ਨੂੰ ਪ੍ਰੈਸ ਕਰਾਂਗੇ ਸਾਈਡ 'ਤੇ ਆ ਗਿਆ, ਜਦੋਂ ਹੁਣ ਮਸ਼ੀਨ ਚਲਾਵਾਂਗੇ ਇਹ ਇੱਕਦਮ ਸਪੀਡ 'ਤੇ ਚੱਲੂਗੀ। ਚਲਾਓ ਜੀ, ਇਹਨੇ ਇੱਕਦਮ ਸਪੀਡ ਫੜ ਲੈਣੀ ਹੈ ਮਸ਼ੀਨ ਨੇ ਆਪਦੀ, ਠੀਕ ਹੈ। ਜਦੋਂ ਇਹਨੂੰ ਕੱਟ ਕਰਾਂਗੇ ਇਹ ਸਪੀਡ ਹੌਲੀ ਹੌਲੀ ਸਪੀਡ ਬਣਦੀ ਹੈ ਇਸਦੀ। ਹੁਣ ਚਲਾਓ ਜੀ,
ਹੁਣ ਇਹਦੀ ਹੌਲੀ ਹੌਲੀ ਸਪੀਡ ਖਿੱਚੀ ਜਾਂਦੀ ਹੈ, ਇੱਕਦਮ ਪਾਵਰ ਸਪੀਡ ਨਹੀਂ ਵੱਧਦੀ ਹੈਗੀ ਆਪਣੇ ਇੱਕਦਮ ਸਿਲਾਈ ਕਰਕੇ। ਇਹ ਬਟਨ ਹੁੰਦੇ ਜੀ ਇਸ ਵਾਸਤੇ। ਇਸ ਤੋਂ ਬਾਅਦ ਆ ਗਿਆ ਜੀ ਆਪਣਾ ਅਗਲਾ ਬਟਨ, ਇਹ ਬਟਨ ਹੁੰਦਾ ਹੈਗਾ ਕੈਂਚੀ, ਆਪਣੇ ਕਈ ਵਾਰੀ ਪੈਰ ਨਹੀਂ ਯੂਜ਼ ਕਰਨਾ ਉਸ ਵਾਸਤੇ ਹੁੰਦਾ, ਜੇ ਆਪਾਂ ਲੌਂਗ ਪ੍ਰੈਸ ਕਰਾਂਗੇ ਤਾਂ ਪੈਰ ਇਹ ਆਪਣਾ ਉੱਪਰ ਨਹੀਂ ਚੱਕਿਆ ਜਾਂਦਾ, ਬੰਦ ਹੋ ਜਾਂਦਾ ਕੈਂਚੀ, ਵੀ ਆਪਾਂ ਨੂੰ ਪੈਰ ਚੱਕਣ ਦੀ ਲੋੜ ਨਹੀਂ ਪੈਂਦੀ ਹੈਗੀ। ਜਦੋਂ ਵੀ ਆਪਾਂ ਸਿਲਾਈ ਮਾਰਦੇ ਹਾਂ ਇਹ ਨੋਰਮਲ ਸਿਲਾਈ ਬਚ ਕੇ ਪੈਰ ਨਹੀਂ ਚੱਕਿਆ ਜਾਂਦਾ, ਜਦੋਂ ਆਪਾਂ ਲੋੜ ਉਹਦੀ ਪੈਰ ਚੱਕਿਆ ਜਾਂਦਾ। ਇਹ ਬਟਨ ਨੇ ਆਪਣੇ ਪੈਰ ਚੱਕਣ ਵਾਸਤੇ, ਪੈਰ ਚੱਕਣ ਤੋਂ ਬਾਅਦ ਕੈਂਚੀ ਚਲਾਉਣੀ ਹੈ, ਕੈਂਚੀ ਨਹੀਂ ਚਲਾਉਣੀ ਹੈ ਉਹ ਬਟਨ। ਜਦੋਂ ਆਪਣੇ ਧਾਗਾ ਬਾਹਰ ਕਰਨਾ ਕਈ ਵਾਰ ਪੈਰ ਚੱਕ ਆਪਾਂ ਸਿੱਧਾ ਕਰ ਲੈਂਦੇ ਹਾਂ, ਇਹ ਉਹਨਾਂ ਵਾਸਤੇ ਕੰਮ ਆਇਆ। ਬਸ ਆਹ ਆਈਕਨ ਨੇ ਜੀ ਆਪਣੇ ਇਹ ਯਾਦ ਰੱਖਣੇ ਆ, ਮੇਨ ਆਪਣੇ ਆਈਕਨ ਇੱਕ ਤਾਂ ਸਪੀਡ ਟਾਂਕਾ ਵੱਧ ਘੱਟ ਕਰਨ ਵਾਲਾ ਆ ਗਿਆ, ਪੈਰ ਵਾਲਾ ਆ ਗਿਆ ਸਿੰਪਲ ਸਿਲਾਈ ਕਰਨ ਵਾਸਤੇ ਆ ਗਿਆ, ਇਦੂ ਬਾਅਦ ਜਿਹੜੇ ਆਹ ਵਾਲੇ ਨੇ ਪੱਕ ਕੱਚ ਕਰਨ ਵਾਲੇ ਨੇ, ਇਹਨਾਂ ਦੇ ਸਾਰੇ ਆਈਕਨ ਸਕਰੀਨ ਦੇ ਉੱਤੇ ਸ਼ੋ ਹੁੰਦੇ। ਪਹਿਲਾਂ ਹੁੰਦਾ ਹੈਗਾ ਜਦੋਂ ਸਟਾਰਟਿੰਗ ਕਰਨੀ ਉਦੋਂ ਪੱਕਾ ਕਰਦਾ, ਦੂਜਾ ਜਦੋਂ ਆਪਣੇ ਕੱਪੜਾ ਉਤਾਰਨਾ ਉਸ ਟਾਈਮ ਪੱਕਾ ਕਰਦਾ, ਤੀਜਾ ਸਿਲਾਈ ਨੂੰ ਛੋਟੀ ਜਿਹੀ ਬਰੀਕ ਕਰਦਾ, ਇਦੂ ਸਿਲਾਈ ਨੋਰਮਲ ਫੇਰ ਬਰੀਕ ਕਰੂਗਾ, ਚੌਥਾ ਬਟਨ ਆ ਗਿਆ ਆਪਣਾ ਵਾਹਿਗੁਰੂ। ਹਾਂਜੀ ਜਿਹੜਾ ਆਪਣਾ ਚੌਥਾ ਬਟਨ ਸੀਗਾ, ਇਹ ਚੌਥਾ ਬਟਨ ਹੁੰਦਾ ਹੈ ਸਟੈਪ ਬਾਏ ਸਟੈਪ ਮੋਟਰ ਚਲਾਉਣ ਵਾਸਤੇ, ਇਹ ਚੀਜ਼ਾਂ ਹੁੰਦੀਆਂ ਨੇ। ਇਦੂ ਬਾਅਦ 'ਚ ਆਪਣਾ ਇਹਨਾਂ ਵਾਲਾ ਆ ਗਿਆ ਜਿਹੜੀ ਚੌਰਸ ਡੱਬੀ ਬਣਾਉਂਦੀ ਹੈ ਕੋਈ ਵੀ ਚੀਜ਼ ਸਟਿੱਕਰ ਵਗੈਰਾ ਲਾਉਣਾ ਹੈ ਉਸ ਵਾਸਤੇ ਹੈ। ਇਸ ਤੋਂ ਬਾਅਦ ਸਪੀਡ ਵਾਲਾ ਆ ਗਿਆ ਜੀ, ਆਹ ਆਪਣੇ ਪੈਰ ਵਾਲਾ ਆ ਗਿਆ, ਇਹਨਾਂ ਤੋਂ ਸਪੀਡ ਵੱਧ ਹੀ ਘੱਟਦੀ ਹੁੰਦੀ ਹੈ, ਇਹ ਤੋਂ ਲੈਫਟ ਰਾਈਟ ਹੁੰਦਾ ਜਿਵੇਂ ਕੋਈ ਪੋਜੀਸ਼ਨ ਬਣਾਉਣੀ ਆਪਣੀ ਉਹ ਚੀਜ਼ ਆ ਜਾਂਦੀ ਹੈ। ਜੇ ਕੁਛ ਵੀ ਚੀਜ਼ ਉੱਥੋਂ ਗਲਤ ਹੋ ਗਈ, ਇਹਦੇ ਵਿੱਚ ਰੀਸੈਟ ਦਾ ਬਟਨ ਹੈ, ਇਹਨਾਂ ਨੂੰ ਲੌਂਗ ਟਾਈਮ ਪ੍ਰੈਸ ਕਰਕੇ ਰੱਖੋ ਥੋੜ੍ਹਾ ਟਾਈਮ, ਟਿਪ ਟਿਪ ਕਰਨ ਲੱਗ ਗਈ ਤਾਂ ਛੱਡ ਦਿਉ। ਜਿਹੜੀ ਵੀ ਚੀਜ਼ ਆਪਣੇ ਕੋਈ ਫਾਲਤੂ ਚੀਜ਼ ਆਈ ਆਪਾਂ ਨੂੰ ਨਹੀਂ ਸਮਝ ਆਉਂਦੀ ਤਾਂ ਆਪਣਾ ਵੀ ਰੀਸੈਟ ਹੋ ਜਾਊਗਾ। ਇਹਨੂੰ ਸਟਾਰਟਿੰਗ ਕਰਨ ਤੋਂ ਬਾਅਦ ਇੱਕ ਵਾਰੀ ਪੈਰ ਤੋਂ ਧਾਗਾ ਕੱਟੋ, ਆ ਚੱਲ ਪਿਆ। ਹੁਣ ਜਿਹੜੀ ਵੀ ਸਿਲਾਈ ਮਾਰਾਂਗੇ ਆਪਾਂ ਇਹ ਨੋਰਮਲ ਸਿਲਾਈ ਦੀ ਸਿਲਾਈ ਕਰੂ, ਆ ਹੁਣ ਨੋਰਮਲ ਸਿਲਾਈ ਚੱਲ। ਠੀਕ ਹੈ ਜੀ, ਥੈਂਕ ਯੂ ਵਾਚਿੰਗ ਮਾਈ ਵੀਡੀਓ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਲੱਕੀ ਸੇਵਿੰਗ ਮਸ਼ੀਨ ਮਾਨਸਾ।